कोई उठ चकवा लेंदा जी, कोई नहीं चकवा लेंदा, फिर खाली आ जांदे आ। ਵੀ ਲੇਡੀ ਨੂੰ ਤੁਸੀਂ ਕਮਜ਼ੋਰ ਨਾ ਸਮਝੋ, ਲੇਡੀ ਵੀ ਬਥੇਰੀ ਸਾਵਧਾਨ ਹੈਗੀ, ਅਸੀਂ ਚੱਕ ਲੈਵਾਂਗੇ, ਬਸ ਇਹ ਕਹਿ ਕੇ ਅਸੀਂ ਚੱਕ ਲੈਂਦੇ ਹਾਂ। 100 ਕਦੀ 50 ਇਦਾਂ ਹੀ, ਕੋਈ 150 ਬਸ, ਇਸ ਤੋਂ ਜ਼ਿਆਦਾ ਨਹੀਂ ਕਮਾ ਸਕਦੇ। ਜਿੱਦਾਂ ਦੀ ਘਰ 'ਚ ਲੁੱਖੀ ਮਿੱਸੀ ਅਸੀਂ ਖਾ ਕੇ ਆਰਾਮ ਨਾਲ ਟਾਈਮ ਪਾਸ ਕਰਦੇ ਹਾਂ ਜੀ ਆਪਣਾ। ਪਹਿਲਾਂ ਕੋਈ ਕੰਮ ਕਰਦਾ ਸੀ ਜਿਹਦੇ ਬਦਲੇ ਤੁਹਾਨੂੰ ਨੌਕਰੀ ਮਿਲੀ ਹੈ? ਮੇਰੇ ਘਰ ਵਾਲਾ ਕਰਦਾ ਸੀ ਜੀ, ਉਹਨਾਂ ਨੂੰ ਬ੍ਰੇਨ ਟੂਮਰ ਹੋਇਆ ਪਿਆ, ਨਾਲੇ ਅੱਧਾ ਸਰੀਰ ਬਿਲਕੁਲ ਕੰਮ ਨਹੀਂ ਕਰਦਾ ਉਹਦਾ। ਪੈਨਸ਼ਨ ਵਗੈਰਾ ਕੁਛ ਨਹੀਂ ਮਿਲਦਾ ਜੀ ਹਜੇ ਤੱਕ, ਅਸੀਂ ਫਾਰਮ ਭਰ ਕੇ ਦੇ ਕੇ ਆਏ ਸੀ ਜੀ, ਨਹੀਂ ਹੋਈ ਹਜੇ। ਇੱਕ ਔਰਤ ਨੂੰ ਜਗ ਜਨਨੀ ਕਿਹਾ ਜਾਂਦਾ ਹੈ, ਤੇ ਇਸ ਦੇ ਬਾਵਜੂਦ ਵੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਇੱਕ ਔਰਤ ਉੱਤੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਸਨੂੰ ਕੰਮ ਕਰਨਾ ਪੈਂਦਾ ਹੈ, ਜਿਸ ਨੂੰ ਦੇਖ ਕੇ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਕਿ ਉਸ ਔਰਤ ਉੱਤੇ ਕੀ ਬੀਤ ਰਹੀ ਹੈ ਅਤੇ ਕਿਹੜੇ ਦਰਦ 'ਚੋਂ ਉਹ ਗੁਜ਼ਰ ਰਹੀ ਹੈ। ਸਮਾਜ ਵਿੱਚ ਕਈ ਵਾਰੀ ਅਸੀਂ ਇਹੋ ਜਿਹੀ ਚੀਜ਼ ਦੇਖਦੇ ਹਾਂ ਜਿਸ ਨੂੰ ਦੇਖ ਕੇ ਦਿਲ ਪਸੀਜ ਜਾਂਦਾ ਹੈ, ਇਹ ਸੋਚਣ ਨੂੰ ਅਸੀਂ ਮਜਬੂਰ ਹੋ ਜਾਂਦੇ ਹਾਂ ਕਿ ਕਿਉਂ ਇਹ ਚੀਜ਼ ਸਮਾਜ ਦੇ ਵਿੱਚ ਹੋ ਰਹੀ ਹੈ। ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਇਹੋ ਜਿਹੀ ਔਰਤ, ਜਿਸ ਨੂੰ ਸਲਿਊਟ ਜ਼ਰੂਰ ਕਰਾਂਗੇ ਅਸੀਂ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਉਹ ਕੰਮ ਕਰਨ 'ਤੇ ਵਿਸ਼ਵਾਸ ਰੱਖ ਰਹੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਕਈ ਲੋਕ ਮੰਗ ਕੇ ਗੁਜ਼ਾਰਾ ਕਰਦੇ ਨੇ, ਭੀਖ ਮੰਗਦੇ ਨੇ, ਲੇਕਿਨ ਇਸ ਔਰਤ ਨੇ ਉਸ ਚੀਜ਼ ਦਾ ਰਸਤਾ ਨਾ ਅਪਣਾਉਂਦੇ ਹੋਏ, ਆਪਣੇ ਹੱਥ ਪੈਰ ਸਲਾਮਤ ਹੁੰਦੇ ਹੋਏ ਕੰਮ ਕਰਨ ਦਾ ਫੈਸਲਾ ਲਿੱਤਾ ਅਤੇ ਆਪਣੇ ਘਰ ਦੀ ਜ਼ਿੰਮੇਵਾਰੀ ਨਿਭਾਈ। ਗੱਲਬਾਤ ਕਰਦੇ ਹਾਂ ਉਸ ਔਰਤ ਦੇ ਨਾਲ ਜੋ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇੱਕ ਕੁਲੀ ਦਾ ਕੰਮ ਕਰਦੀ ਹੈ। ਕੀ ਨਾਮ ਹੈ ਤੁਹਾਡਾ? ਸੁਸ਼ਮਾ ਦੇਵੀ। ਸੁਸ਼ਮਾ ਜੀ, ਇੱਥੇ ਕੰਮ ਕਰ ਰਹੇ ਹੋ ਕਿੰਨਾ ਟਾਈਮ ਹੋ ਗਿਆ? ਮਹੀਨਾ ਕੁ ਹੋਇਆ ਜੀ। ਸੁਸ਼ਮਾ ਜੀ, ਜਿੰਨਾ ਸਾਨੂੰ ਪਤਾ ਇੱਥੇ ਲੇਡੀਜ਼ ਨੂੰ ਨਹੀਂ ਮੌਕਾ ਮਿਲਦਾ ਇੱਥੇ ਕੁਲੀ ਦਾ ਕੰਮ ਕਰਨ ਲਈ, ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇੱਥੇ ਕੰਮ ਨੌਕਰੀ? ਅਸੀਂ ਜੀ ਬਹੁਤ ਡਾਕਟਰ ਉਹਨਾਂ ਦੇ ਅਫਸਰਾਂ ਅੱਗੇ ਹੱਥ ਪੈਰ ਜੋੜੇ, ਬਹੁਤ ਕੁਛ ਕੀਤਾ ਜੀ ਜਦੋਂ ਜਾ ਕੇ ਮਿਲੀ ਹੈ ਜੀ। ਤੇ ਤੁਹਾਡੇ ਇੱਥੇ ਪਹਿਲਾਂ ਕੋਈ ਕੰਮ ਕਰਦਾ ਸੀ ਜਿਹਦੇ ਬਦਲੇ ਤੁਹਾਨੂੰ ਨੌਕਰੀ ਮਿਲੀ ਹੈ? ਮੇਰੇ ਘਰ ਵਾਲਾ ਕਰਦਾ ਸੀ ਜੀ। ਘਰ ਵਾਲਾ ਹੁਣ ਕਿੱਥੇ ਆ? ਘਰੇ ਆ ਜੀ। ਕੀ ਹੋ ਗਿਆ ਉਹਨਾਂ ਨੂੰ? ਉਹਨਾਂ ਨੂੰ ਬ੍ਰੇਨ ਟੂਮਰ ਹੋਇਆ ਪਿਆ, ਨਾਲੇ ਅੱਧਾ ਸਰੀਰ ਬਿਲਕੁਲ ਕੰਮ ਨਹੀਂ ਕਰਦਾ ਉਹਦਾ, ਇੱਦਾਂ ਬਿਠਾ ਦੇ ਬਿਲਕੁਲ ਪਿੱਛੇ ਪੈ ਜਾਂਦਾ, ਜਾ ਕੇ ਬੈਠਾ ਹੀ ਨਹੀਂ ਜਾਂਦਾ ਉਹਨੇ ਨਾਲ ਬਿਲਕੁਲ ਵੀ। ਘਰ 'ਚ ਕਿੰਨੇ ਜੀ ਨੇ? ਅਸੀਂ 4 ਹੈਗੇ ਜੀ। ਤੇ ਬ੍ਰੇਨ ਟਿਊਮਰ ਤੱਕ ਜਦ ਤੱਕ ਗੱਲ ਪਹੁੰਚੀ, ਪਹਿਲਾਂ ਕੋਈ ਬਿਮਾਰੀ ਲੱਗੀ ਹੋਣੀ, ਉਹਦਾ ਪਤਾ ਨਹੀਂ ਚੱਲਿਆ? ਪਹਿਲਾਂ ਦੌਰੇ ਪੈਂਦੇ ਸੀ ਜੀ, ਦੌਰੇ ਤੋਂ ਫਿਰ ਡਾਕਟਰਾਂ ਕੋਲ ਟੈਸਟ ਕਰਾਏ ਤਾਂ ਕਹਿੰਦਾ ਵੀ ਇਹਨੂੰ ਬ੍ਰੇਨ ਟਿਊਮਰ ਹੈ, ਰਸੋਲੀ ਹੈ ਉੱਪਰ। ਅਸੀਂ ਕੜਾ ਸੋਚਿਆ ਵੀ ਕਰਾ ਲਈਏ, ਚੱਲ ਆਪਰੇਸ਼ਨ ਕੀ ਪਤਾ ਠੀਕ ਹੀ ਹੋ ਜਾਏ। ਹੁਣ ਪੂਰੇ ਸਿਰ 'ਚ ਫੈਲੀ ਹੋਈ ਹੈ ਜੀ, ਹੁਣ ਇਲਾਜ ਨਹੀਂ ਹੈਗਾ ਉਹਦਾ। ਨਹੀਂ ਫਿਰ ਘਰ 'ਚ ਉਹਨਾਂ ਦੀ ਦਵਾਈਆਂ ਦਾ ਇਲਾਜ ਦਾ ਖਰਚਾ ਕਿੱਦਾਂ ਚਲਾਉਂਦੇ ਹੋ? ਇੱਥੇ ਕਿੰਨਾ ਕੁ ਕਮਾ ਲੈਂਦੇ ਇੱਕ ਦਿਨ? ਇੱਦਾਂ ਹੀ 100 ਕਦੀ 50 ਇੱਦਾਂ ਹੀ, ਕੋਈ 150 ਬਸ, ਇਸ ਤੋਂ ਜ਼ਿਆਦਾ ਨਹੀਂ ਕਮਾ ਸਕਦੇ। ਤੇ ਫਿਰ ਕਿੱਦਾਂ ਦਵਾਈਆਂ ਦਵੂਈਆਂ ਦਾ ਤੇ ਘਰ ਦੇ ਜੋ ਜੀ ਰਹਿੰਦੇ ਖਾਣ ਪੀਣ? ਹੁਣ ਤਾਂ ਅਸੀਂ ਜੀ ਕੁਛ ਨਹੀਂ ਖਵਾਉਂਦੇ ਉਹਨੂੰ, ਦਵਾਈਆਂ ਵਗੈਰਾ ਸਭ ਕੁਛ ਬੰਦ ਕਰਿਆ ਹੋਇਆ ਜੀ। ਰੱਬ ਦੇ ਸਾਰੇ? ਹਾਂ, ਰੱਬ ਦੇ ਸਾਰੇ ਹੈਗਾ ਜੀ। ਸੁਸ਼ਮਾ ਜੀ, ਜਦੋਂ ਇੱਥੇ ਕੰਮ ਦੀ ਗੱਲ ਕਰੀਏ ਕਿ ਕੁਲੀ ਤੁਸੀਂ ਐਜ਼ ਅ ਲੇਡੀਜ਼, ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ? ਕੋਈ ਕੰਮ ਕਈ ਵਾਰੀ ਨਹੀਂ ਵੀ ਫੜਾਉਂਦਾ ਆਪਣਾ ਸਮਾਨ ਸਮੂਨ, ਕਿ ਲੇਡੀਜ਼ ਤੋਂ ਪਤਾ ਨਹੀਂ ਚੁੱਕਿਆ ਜਾਏਗਾ ਕਿ ਨਹੀਂ ਚੁੱਕਿਆ? ਨਹੀਂ ਜੀ, ਅਸੀਂ ਕਹਿ ਦਿੰਦੇ ਵੀ ਲੇਡੀ ਨੂੰ ਤੁਸੀਂ ਕਮਜ਼ੋਰ ਨਾ ਸਮਝੋ, ਲੇਡੀਜ਼ ਵੀ ਬਥੇਰੀ ਸਾਵਧਾਨ ਹੈਗੀ, ਅਸੀਂ ਚੱਕ ਲੈਵਾਂਗੇ, ਬਸ ਇਹ ਕਹਿ ਕੇ ਅਸੀਂ ਚੱਕ ਲੈਂਦੇ ਹਾਂ। ਹਾਂਜੀ। ਤੇ ਕੋਈ ਹੈਲਪ ਕਿਸੇ ਤਰ੍ਹਾਂ ਦੀ ਸਰਕਾਰ ਤੋਂ ਕਦੀ ਕੋਈ ਕੋਸ਼ਿਸ਼ ਕੀਤੀ ਤੁਸੀਂ ਕਿਸੇ ਨਾਲ ਗੱਲ? ਕੋਸ਼ਿਸ਼ ਤਾਂ ਕੀਤੀ ਸੀ ਜੀ, ਪਰ ਕੋਈ ਹੈਲਪ ਨਹੀਂ ਮਿਲੀ ਜੀ। ਕਿੱਥੇ ਰਹਿੰਦੇ? ਕਿੱਥੇ ਹੋ? ਕਿਰਾਏ ਤੇ ਕਮਰਾ ਹੈ ਆਪਣਾ ਘਰ? ਕਿ ਕਮਰਾ ਹੈਗਾ ਜੀ ਮੇਰੇ ਕੋਲ, ਧੁਰੀ ਲੈਣ ਤੇ ਹੈਗਾ ਜੀ। ਤੇ ਫਿਰ ਇੰਨੀ ਦੂਰ ਇੱਥੋਂ ਦੀ ਆਣਾ ਜਾਣਾ, ਆਟੋ ਉਟੋ 'ਚ ਵੀ ਖਰਚੇ ਹੁੰਦੇ ਹੋਣੇ? ਕਈ ਵਾਰੀ ਟੈਂਪੂ 'ਚ, ਕਈ ਵਾਰੀ ਪੈਦਲ ਆ ਜਾਂਦੇ ਆ ਜੀ। ਪੈਦਲ ਆਉਂਦੇ ਹੋ ਐਡੀ ਦੂਰੋਂ ਦੀ? ਹਾਂਜੀ, ਪੈਦਲ ਆਉਂਦੇ ਆ, ਪੈਦਲ ਹੀ ਆਉਂਦੇ, ਪੈਦਲ ਹੀ ਜਾਂਦੇ ਆ। ਫਿਰ ਤੁਹਾਡੇ ਬੇਟਾ ਜਿਹੜਾ ਛੋਟਾ ਜਾਂ ਵੱਡਾ? ਸਕੂਲ 'ਚ ਜਾਂਦਾ ਜੀ। ਹਾਂ, ਸਕੂਲ ਵਾਲੇ ਇੰਨੀ ਫੀਸ ਵਗੈਰਾ ਕੁਛ ਨਹੀਂ ਲੈਂਦੇ ਜੀ, ਕਹਿੰਦੇ ਕੋਈ ਗੱਲ ਨਹੀਂ, ਤੁਹਾਡਾ ਮੁੰਡਾ ਸਰਕਾਰੀ 'ਚ ਪੜ੍ਹਦਾ? ਸਰਕਾਰੀ 'ਚ ਪੜ੍ਹਦਾ ਹੈ। ਗਵਰਨਮੈਂਟ ਤੋਂ ਵੀ ਹੈਲਪ ਜਿਵੇਂ ਤੁਸੀਂ ਕਿਹਾ ਕੋਸ਼ਿਸ਼ ਕੀਤੀ, ਨਹੀਂ ਮਿਲੀ, ਤੇ ਹੁਣ ਕੀ ਜੋ ਤੁਹਾਨੂੰ ਦੇਖ ਰਹੇ ਉਹਨਾਂ ਤੋਂ, ਲੋਕਾਂ ਤੋਂ ਕੀ ਉਮੀਦ ਕਰਦੇ ਹੋ, ਕੁਛ ਕਹਿਣਾ ਚਾਹੋਗੇ ਉਹਨਾਂ ਨੂੰ? ਨਹੀਂ, ਅਸੀਂ ਕੀ ਕਹੀਏ ਜੀ, ਲੋਕਾਂ ਦੀ ਮਰਜ਼ੀ ਹੈ, ਕੋਈ ਦੇਊਗਾ ਉਹਦਾ ਵੀ ਭਲਾ, ਨਾ ਦੇਊਗਾ ਤਾਂ ਵੀ ਭਲਾ ਜੀ, ਇਹੀ ਹੈ ਬਸ। ਘਰ ਦਾ ਕੋਈ ਖਰਚਾ ਹੋ ਜਾਂਦਾ, ਗੁਜ਼ਾਰਾ ਹੋ ਜਾਂਦਾ? ਜਿੱਦਾਂ ਦੀ ਘਰ 'ਚ ਲੁੱਖੀ ਮਿੱਸੀ ਅਸੀਂ ਖਾ ਕੇ ਆਰਾਮ ਨਾਲ ਟਾਈਮ ਪਾਸ ਕਰਦੇ ਆ ਜੀ ਆਪਣਾ। ਸੁਸ਼ਮਾ ਜੀ, ਤੁਸੀਂ ਇੱਥੇ ਬਹਿੰਦੇ ਹੋ, ਕਿ ਅੰਦਰ ਦਾ ਕਿੱਦਾਂ ਮਾਹੌਲ ਹੈ ਕਿ ਜਦੋਂ ਸਮਾਨ ਸਵਾਰੀ ਲੈਣ ਜਾਂਦੇ ਹੋ? ਕੋਈ ਦੇ, ਕੋਈ ਉੱਠ ਚੁਕਵਾ ਲੈਂਦਾ ਜੀ, ਕੋਈ ਨਹੀਂ ਚੁਕਵਾ ਦਿੰਦਾ, ਫਿਰ ਖਾਲੀ ਆ ਜਾਂਦੇ ਆ। ਜਦੋਂ ਗੱਡੀ ਆਉਂਦੀ ਤਦ ਅੰਦਰ ਜਾਂਦੇ ਹੋ? ਹਾਂ, ਗੱਡੀ ਆਉਂਦੀ ਜਦੋਂ ਜਾਂਦੇ ਆ ਜੀ ਅੰਦਰ। ਕਿੰਨੇ ਕੁ ਗੇੜੇ ਹੋ ਜਾਂਦੇ ਦਿਨ ਦੇ ਵਿੱਚ ਅੰਦਰ ਬਾਹਰ ਦੇ, ਭਾਵੇਂ ਸਵਾਰੀ ਆਉਂਦੀ ਨਹੀਂ ਆਉਂਦੀ? ਐਸੇ ਐਦਾਂ ਦੀ ਹਿਸਾਬ ਨਹੀਂ ਲਗਾ ਸਕਦੇ ਅਸੀਂ, ਹਿਸਾਬ ਨਹੀਂ ਗਾ, ਮਤਲਬ ਜਾਂਦੇ ਆਉਂਦੇ ਹੀ ਰਹਿੰਦੇ? ਹਾਂ, ਜਾਂਦੇ ਆਉਂਦੇ ਹੀ ਰਹਿੰਦੇ ਆ। ਸਰਕਾਰੀ ਜੌਬ ਹੈ, ਸਰਕਾਰੀ ਕੰਮ ਆ, ਉਹਦੇ ਰਿਲੇਟਡ ਕੋਈ ਪੈਨਸ਼ਨ ਨਹੀਂ ਮਿਲ ਰਹੀ?
पेंसिल वगैरह कुछ नहीं मिलता जी हजे तक। असि फार्म भर के दे के आए जी, नहीं हुई हजे। लीला कार्ड वगैरह बनवाए हुए हैं? लीला कार्ड तो बनया हुआ। सो जिस तरह इस औरत दे नाल गलबात की गई, इसके दुख तकलीफा के बारे सुनिया गया, दिल जरूर पसीज जाता है यहो जे समाज दे विच देख के कि अज भी समाज दे विच हालात किस तरह के ने। सरकार की गल जरूर करांगे कि सरकार नू अज बहुत जरूरत है कि गरीबा की सुने। अज सरकार सुनती तो इन्हों का जो हसबेंड है, जो पति है, उन्हों की बीमारी का इलाज हो सकता, तो अज यहो जे हालात इन्हों काम ना करना पैंदा। मौजूदा सरकार की गल करांगे, मौजूदा सरकार नू जरूर एक अपील करांगे कि जरूर एक बार समाज के पिछड़े वर्ग वाल जरूर देखन, गरीब लोगों वाल जरूर देखन, तो उन्हों की मदद जरूर करन। तो इस अलावा जो इस वीडियो नू देख रहे ने उन्हों भी रिक्वेस्ट करांगे कि इस औरत की हेल्प अगर कोई करना चाहता है तो जरूर करे। कैमरामैन गुरप्रीत के नाल साक्षी शर्मा, द समर न्यूज़।